ਹਾਂ ਬੱਚੀਆਂ ਖੁਸ਼ ਆ ਜੀ ਸਮਝੇ, ਕਹਿੰਦੇ ਵੀ ਬੂਟਾ ਆ ਗਈ ਤੇਰਾ ਨਾਮ ਵੀ ਰੱਖ ਲਿਆ ਸੀ। ਜਿਹੜੇ ਵੀਰਾਂ ਨੇ ਸਾਨੂੰ ਮੱਝ ਦਿੱਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਇਹਨਾਂ ਰਾਈ ਵੀਰਾਂ ਨੇ ਵੀ ਸਾਡੀ ਮਦਦ ਕੀਤੀ। ਅਸੀਂ ਮੱਝ ਦਾ ਨਾਂ ਬੂਟਾ ਰੱਖਿਆ ਤੇ ਉਹਦੀ ਧੀ ਦਾ ਨਾਮ ਰੱਖਿਆ ਸੋਨਾ। ਬੂਟਾ ਸਾਡੀ ਮੱਝ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮੱਝ ਮਿਲ ਚੁੱਕੀ, ਇਸ ਲਈ ਇਹਦਾ ਨਾਂ ਵੀ ਅਸੀਂ ਬੂਟਾ ਰੱਖਿਆ। ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦਿਓ, ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ। ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ, ਸਾਡੀ ਬੂਟਾ ਵਰਗੀ ਇਹ ਮੱਝ ਹੈ, ਅਸੀਂ ਇਹੀ ਲੈਣੀ ਹੈ। ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਗੁਰੂ ਰਾਮਦਾਸ ਦੀ ਮਿਹਰ ਅੱਜ ਵੀ ਕੀਤੀ। ਹਾਂਜੀ 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 ਹਾਂ ਬੱਚੀਆਂ ਖੁਸ਼ ਆ ਜੀ ਸਮਝੇ, ਕਹਿੰਦੇ ਵੀ ਬੂਟਾ ਆ ਗਈ ਤੇਰਾ ਨਾਮ ਵੀ ਰੱਖ ਲਿਆ ਸੀ। ਹਾਂ ਦੁਬਾਰੇ ਆ ਗਏ ਬੂਟਾ, ਅਸੀਂ ਬਹੁਤ ਖੁਸ਼ ਹਾਂ। ਜਿਹੜੇ ਵੀਰਾਂ ਨੇ ਸਾਨੂੰ ਮੱਝ ਦਿੱਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਇਹਨਾਂ ਰਾਈ ਵੀਰਾਂ ਨੇ ਵੀ ਸਾਡੀ ਮਦਦ ਕੀਤੀ, ਰੱਬ ਉਹਨਾਂ ਨੂੰ ਵੀ ਉਮਰਾਂ ਬਖਸ਼ੇ, ਰੱਬ ਚੜ੍ਹਦੀ ਕਲਾ ਵਿੱਚ ਉਹਨਾਂ ਰੱਖੇ ਤੇ ਉਹਨਾਂ ਦੀ ਕਮਾਈ ਵਿੱਚ ਬਰਕਤਾਂ ਪਾਵੇ। ਵਾਹਿਗੁਰੂ ਜੀ। ਹਾਂਜੀ ਅਸੀਂ ਮੱਝ ਦਾ ਨਾਂ ਬੂਟਾ ਰੱਖਿਆ ਤੇ ਉਹਦੀ ਧੀ ਦਾ ਨਾਮ ਰੱਖਿਆ ਸੋਨਾ। ਬੂਟਾ ਸਾਡੀ ਮੱਝ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮੱਝ ਮਿਲ ਚੁੱਕੀ, ਇਸ ਲਈ ਇਹਦਾ ਨਾਂ ਵੀ ਅਸੀਂ ਬੂਟਾ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਮੰਗਲ ਸਿੰਘ, ਸਰਪੰਚ ਪਿੰਡ ਖਜਾਲਾ ਜ਼ਿਲ੍ਹਾ ਗੁਰਦਾਸਪੁਰ। ਸਾਡੇ ਬੇਟੇ ਬਾਹਰ ਰਹਿੰਦੇ ਆ, ਉਹਨਾਂ ਨੇ ਵੀਡੀਓ ਵੇਖੀ ਅਤੇ ਉਹਨਾਂ ਨੇ ਗੱਲ ਵੀ ਇਹ ਪਰਿਵਾਰ ਨਾਲ ਕੀਤੀ, ਫਿਰ ਮੇਰੇ ਨਾਲ ਗੱਲ ਕੀਤੀ, ਅੜੀ ਆਹ ਗੱਲ ਹੋਈ ਆ ਤੇ ਤੁਸੀਂ ਮੱਝ ਕੋਈ ਨਾ ਕੋਈ ਲੈ ਕੇ ਤੇ ਜ਼ਰੂਰ ਉੱਥੇ ਪਹੁੰਚਾ ਕੇ ਆਓ। ਅਤੇ ਫਿਰ ਅਸੀਂ ਇਹ ਪਰਾਲਾ ਜਿਹੜਾ ਵਾ ਫਿਰ ਬਾਕੀ ਮਾਲਕ ਢੋ ਢਕਾਉਣ ਵਾਲਾ, ਜੋ ਮਾਲਕ ਦਾ ਕਲ ਪੁਰਖ ਦਾ ਹੁਕਮ ਆ ਉਹੀ ਹੁੰਦਾ ਹੈ। ਉਹ ਤਾਂ ਸਿਰਫ ਬੰਦੇ ਦਾ ਨਾਂ ਹੀ ਹੈ, ਉਹ ਜਿਸ ਤਰ੍ਹਾਂ ਤੋਰਦਾ ਵਾ, ਗੁਰੂ ਨਾਨਕ ਦੀ ਮਿਹਰ ਹੋਈ ਅਤੇ ਅਸੀਂ ਇੱਧਰ ਨੂੰ ਤੁਰ ਪਏ। ਚੰਗੇ ਕੰਮ ਨੂੰ ਮਾਲਕ ਹੀ ਤੋਰਦਾ ਜੀ, ਸਭ ਨੂੰ ਜੁੜਨਾ ਚਾਹੀਦਾ। ਮੈਂ ਤਾਂ ਹੋਰ ਵੀ ਸੰਗਤਾਂ ਨੂੰ ਅਪੀਲ ਕਰੂੰਗਾ ਤੇ ਸਿਰਫ ਇਸੇ ਪਰਿਵਾਰ ਦੀ ਨਹੀਂ, ਜੇ ਹੋਰ ਵੀ ਇਹੋ ਜਿਹੇ ਅੰਮ੍ਰਿਤਧਾਰੀ ਪਰਿਵਾਰ ਆ, ਇੱਕ ਇੱਕ ਵੱਲੋਂ ਵਾਂਝੇ ਆ ਤੇ ਸਾਡਾ ਫਰਜ਼ ਬਣਦਾ ਤੇ ਵੱਧ ਤੋਂ ਵੱਧ ਸੰਯੋਗ ਦੇ ਕੇ ਆਪਣੇ ਦਲ ਪੰਥ ਨੂੰ ਅੱਗੇ ਵਧਾਈਏ। ਗੁਰੂ ਮਹਾਰਾਜ ਦੀ, ਗੁਰੂ ਨਾਨਕ ਦੇਵ ਨੇ ਆਖਿਆ ਤੇ ਕਿਰਤ ਕਰੋ ਵੰਡ ਸਕੋ, ਅਤੇ ਇਹਦਾ ਮਤਲਬ ਇਹ ਥੋੜ੍ਹਾ ਤਾਂ ਅਸੀਂ ਜੇ ਮਾਰਗ ਦਿੱਤਾ ਵਾ ਤੇ ਜਿੰਨਾ ਵੀ ਹੋ ਸਕਦਾ ਥੋੜ੍ਹੇ ਤੋਂ ਥੋੜ੍ਹਾ ਫਰਕ ਦਾ ਹੀ ਕਰਨਾ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀਰਾਂ ਨੇ ਸਾਡੀ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਰੱਬ ਉਹਨਾਂ ਨੂੰ ਚੜ੍ਹਦੀ ਉਮਰ ਕਲਾ ਵਿੱਚ ਰੱਖੇ, ਉਹਨਾਂ ਦੀ ਕਮਾਈ 'ਚ ਬਰਕਤ ਪਾਵੇ, ਉਹ ਇਵੇਂ ਹੀ ਹੋਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਬਾਂਹ ਜਿਹੜੀ ਫੜਦੇ ਰਹਿਣ, ਅਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਕੀਤਾ ਸੀਗਾ ਇਹ ਵੀਰ ਨੇ, ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦਿਓ, ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ। ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ, ਸਾਡੀ ਬੂਟਾ ਵਰਗੀ ਇਹ ਮੱਝ ਹੈ, ਅਸੀਂ ਇਹੀ ਲੈਣੀ ਹੈ। ਇਹ ਗੁਰਦਾਸਪੁਰ ਤੋਂ ਆਏ ਨੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਨੇ ਕਿਹਾ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ, ਨਾਲ ਕੁਛ ਹੋਰ ਮੈਂਬਰ ਆਣਗੇ, ਉਹ ਅੱਜ ਆਣ ਕੇ ਸਾਨੂੰ ਜਿਹੜੀ ਮੱਝ ਹੈ ਦੇ ਚੱਲੇ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਅਸੀਂ ਵੀਰ ਜੀ ਆਏ ਹਾਂ ਡਿਸਟ੍ਰਿਕਟ ਗੁਰਦਾਸਪੁਰ ਨਗਰ ਖਜਾਲੇ ਤੋਂ ਅਸੀਂ ਆਏ ਹਾਂ। ਅਸੀਂ ਇਹਨਾਂ ਦੇ ਸਾਡੇ ਚਾਚਾ ਜੀ ਹੋਣਾਂ ਨੇ ਬੱਚਿਆਂ ਦੀ ਵੀਡੀਓ ਬਾਹਰੋਂ ਪਾਈ, ਸਾਡੇ ਬ੍ਰਦਰ ਨੇ ਇਟਲੀ ਤੋਂ, ਅਤੇ ਚਾਚਾ ਜੀ ਹੋਣਾਂ ਨੇ ਇਹੋ ਉਪਰਾਲਾ ਕੀਤਾ ਵੀ ਪੁੱਤਰ ਮੱਝ ਲੱਭੋ ਅਤੇ ਛੱਡ ਕੇ ਆਈਏ। ਅਸੀਂ ਅੱਜ ਇਸ ਪਰਿਵਾਰ ਨੂੰ ਮੱਝ ਦੇਣ ਆਏ ਹਾਂ, ਤਾਂ ਅਸੀਂ ਇਹਨਾਂ ਨੂੰ ਇਹੋ ਹੀ ਕਹਿੰਦੇ ਹਾਂ ਕਿ ਬੱਚਿਆਂ ਦੀ ਜਿੰਨੀ ਹੋ ਸਕਦੀ ਹੋਰ ਵੀ ਮਦਦ ਕਰੋ ਇਹਨਾਂ ਦੀ, ਕਿਉਂਕਿ ਇਹਨਾਂ ਦੇ ਭਾਅ ਜੀ ਜਿਹੜੇ ਕਮਰੇ ਆ ਬਿਲਕੁਲ ਸਹੀ ਨਹੀਂ ਹੈਗੇ, ਕਿਉਂਕਿ ਕਾਨਿਆਂ ਵਾਲੀਆਂ ਛੱਤਾਂ। ਅਤੇ ਮੈਂ ਤਾਂ ਹੋਰ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕਰੋ, ਇਕੱਲਾ ਇਸ ਪਰਿਵਾਰ ਦੀ ਨਹੀਂ ਹੋਰ ਵੀ ਪਰਿਵਾਰਾਂ ਦੀ ਮਦਦ ਕਰੋ। ਜੇ ਮਤਲਬ ਕਿ ਅਸੀਂ ਕਹਿੰਦੇ ਹਾਂ ਨਾ ਸਾਡੇ ਸਿੱਖ ਬਰਾਦਰੀਆਂ ਕਿਉਂ ਚਲੀਆਂ ਜਾਂਦੀਆਂ ਵਾ ਉਹਨਾਂ ਦੇ ਕ੍ਰਿਸ਼ਨਾਂ ਵੱਲ ਨੂੰ, ਸਾਈਆਂ ਵੱਲ ਨੂੰ ਕਿਉਂ ਚਲੀਆਂ ਜਾਂਦੀਆਂ, ਕ੍ਰਿਸ਼ਨਾਂ ਵੱਲ ਨੂੰ ਕਿਉਂ ਚਲੀਆਂ ਜਾਂਦੀਆਂ, ਜਾਂਦੀਆਂ ਇਸੇ ਕਰਕੇ ਹੀ ਆ ਕਿ ਸਾਡੇ ਧਰਮ ਦਾ ਇਕੱਠ ਨਹੀਂ ਹੈਗਾ, ਸਾਡਾ ਧਰਮ ਕਿਸੇ ਵਾਸਤੇ ਖਲੋਂਦਾ ਨਹੀਂ ਆ। ਅਸੀਂ ਇਹ ਕਰਕੇ ਅਪੀਲ ਕਰਦੇ ਹਾਂ ਆਪਣੇ ਸਾਰੇ ਭਰਾਵਾਂ ਨੂੰ ਕਿ ਕੋਈ ਵੀ ਇਹੋ ਜਿਹੇ ਪਰਿਵਾਰ ਨੂੰ ਲੋੜ ਪੈਂਦੀ ਆ ਤਾਂ ਮੇਰੇ ਭਰਾ ਮੋਢੇ ਨਾਲ ਮੋਢਾ ਨਾਲ ਲਾ ਕੇ ਉਹਦੇ ਖਲੋ, ਕਿਉਂਕਿ ਜੋ ਆਉਣ ਵਾਲਾ ਸਾਡੀ ਜਨਰੇਸ਼ਨ ਆ ਉਹ ਦੂਜੇ ਪਾਸੇ ਨੂੰ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।